गुड मॉर्निंग एवरीवन। आज जो मैं पैटर्न बनाने जा रहा हूँ, शायद हम लोग उसके बारे में सोचते ही नहीं। आज का जो मेरा पैटर्न है वो है गो ग्रीन। इसका मीनिंग तो सब जानते हैं बट अमल कोई नहीं करता। हम बोलते हैं इसका मीनिंग है पेड़ लगाना, पेड़ पौधे लगाना। सिर्फ इसका मीनिंग यही नहीं है कि पेड़ पौधे लगाना। इफ़ वी वॉन्ट टू गो ग्रीन और हम चाहते हैं कि अपनी नेक्स्ट जनरेशन की लाइफ अच्छी रहे, हमारी भी अच्छी रहे, उनकी भी अच्छी रहे, तो हमें साइकिल चलाना पड़ेगा। कोई एक काम दिन का, कोई एक काम साइकिल के ज़रिए करिए। चाहे आप सैर पे जाते हैं, चाहे मार्केट जाते हैं, चाहे ऑफिस जाते हैं जो पास में है। हमें अपनी गाड़ियों का, अपने स्कूटर का एक्सेस यूज छोड़ना पड़ेगा। इस पोल्यूशन से तो हमें सबको बचाना है। मैं अभी सुखना लेक में आया हूँ और मेरे को कुछ साइक्लिस्ट मिले हैं जिनसे मैं अपने पैटर्न के बारे में पूछूंगा कि वो क्या सोचते हैं, हम गो ग्रीन एक्चुअल में कैसे हो सकते हैं। सर, आप एक साइक्लिस्ट हैं चंडीगढ़ से मेरे को लगता है, तो आपका नाम क्या है? पंचकुला से हो तो आपका नाम क्या है? और आपका, मैंने आज एक पैटर्न बनाया गो ग्रीन का, तो आप गो ग्रीन के बारे में क्या सोचते हो? फर्स्ट ऑफ ऑल हाई, गुड मॉर्निंग एवरीबडी। माई नेम इज़ अमूलप्रीत सिंह बाजवा। एंड भाई, गो ग्रीन, ऑल आई अंडरस्टैंड, इट्स अ स्टेट ऑफ माइंड एंड द स्टेट ऑफ माइंड हैज़ टू इवॉल्व विद टाइम। सो ऑल आई फील इज being gentle to the nature, because nature is something which, you know, has defined us or made us. Morning, myself Kuldeep Singh from Chandigarh. Go greens, go green ਦਾ ਮਤਲਬ ਇਹ ਨਹੀਂ ਕਿ ਸਿਰਫ ਪੇੜ ਪੌਦੇ ਲਗਾਉਣੇ। ਬੇਸਿਕਲੀ ਆਪਾਂ ਕਲੀਨਿੰਗ ਨਾਲ ਸਾਫ਼ ਸਫਾਈ ਵੀ ਰੱਖਣੀ, ਉਹ ਵੀ ਇੱਕ ਗੋ ਗ੍ਰੀਨ ਹੈ। ਆਪਾਂ ਵੇਖ ਲਓ ਤੋਂ ਆਪਣਾ ਡਸਟਬਿਨ ਗਾਰਡਨ ਵਗੈਰਾ ਦੇ ਛੱਡ ਦਿੰਦੇ ਹਾਂ, ਤਾਂ ਉਹ ਨਹੀਂ ਗੇਰਨਾ ਚਾਹੀਦਾ। ਗੁੱਡ ਮਾਰਨਿੰਗ, ਆਈ ਐਮ ਸਚਿਨ ਫਰੋਮ ਮੋਹਾਲੀ। ਐਂਡ ਗੋ ਗ੍ਰੀਨ ਨਾਲ ਮੇਰਾ ਇਹ ਮੰਨਣਾ ਹੈ ਕਿ ਆਪਾਂ ਜੇ ਇਨਵਾਇਰਮੈਂਟ ਦੀ ਕੇਅਰ ਕਰਾਂਗੇ ਤਾਂ ਹੀ ਇਨਵਾਇਰਮੈਂਟ ਸਾਡੀ ਕੇਅਰ ਕਰੇਗਾ। ਆਈ ਐਮ ਦੀਪਾ ਬਾਜਪਾਈ, ਆਈ ਐਮ ਅ ਸਾਈਕਲਿਸਟ ਫਰੋਮ ਪੰਚਕੁਲਾ। ਆਈ ਥਿੰਕ ਵੀ ਕੈਨ ਗਿਵ ਬੈਕ ਟੂ ਦ ਨੇਚਰ ਬਾਏ ਰਿਡਿਊਸਿੰਗ ਦ ਕਾਰਬਨ ਆਊਟਪੁੱਟ ਵਿਚ ਵੀ ਆਰ ਗਿਵਿੰਗ ਇਨ ਟਰਮਸ ਆਫ ਲਾਈਕ ਟਰਾਇੰਗ ਟੂ ਯੂਜ਼ ਦ ਲੀਸਟ ਪਲਾਸਟਿਕ, ਟਰਾਇੰਗ ਟੂ ਯੂਜ਼ ਲੈਸ ਐਂਡ ਲੈਸ ਪੈਟਰੋਲ ਐਂਡ ਕੀਪਿੰਗ ਦ ਇਨਵਾਇਰਮੈਂਟ ਕਲੀਨ। ਸਾਈਕਲਿੰਗ ਨਾਲ ਜੇ ਆਪਾਂ ਜਾਣਾ ਸ਼ੁਰੂ ਕਰ ਦਈਏ ਤਾਂ ਕਿੰਨੇ ਟਨਜ, ਮਿਲੀਅਨਜ਼ ਆਫ ਟਨਜ਼ ਆਫ ਕਾਰਬਨ ਵਧ ਸਕਦੀ ਹੈ ਬਰਨਿੰਗ। ਅਤੇ ਇਸ ਕਰਕੇ ਹੈਬਿਟ ਬਣਾਉਣੀ ਚਾਹੀਦੀ ਹੈ। ਐਂਡ ਦਿਸ ਸਾਈਕਲਿੰਗ ਇਜ਼ ਲਾਈਕ ਓਪੀਐਮ ਟੂ ਮੀ। ਨਾਮ ਹੈ ਅਮਨਦੀਪ ਸਿੰਘ ਰੋਮਾਨਾ। ਓਕੇ, ਸੋ ਆਈ ਮੀਨ ਸਾਈਕਲਿੰਗ ਸਿੰਸ ਲਾਸਟ 1 ਈਅਰ। ਗੋ ਗ੍ਰੀਨ ਹੈ ਕਿ ਤੁਹਾਡੇ ਚਾਰੇ ਪਾਸੇ ਹਰਿਆਲੀ ਹੋਣੀ ਚਾਹੀਦੀ ਹੈ, ਅਤੇ ਜਿਹੜੀ ਹਰਿਆਲੀ ਦੇ ਅਗੇਂਸਟ ਪੋਲਿਊਟੈਂਟਸ ਹੈ, ਜਿਵੇਂ ਆਪਣਾ ਧੂੰਆਂ ਆ ਗਿਆ ਗੱਡੀਆਂ ਤੋਂ, ਉਹ ਨਹੀਂ ਹੋਣਾ ਚਾਹੀਦਾ। ਆਕਸੀਜਨ ਜ਼ਿਆਦਾ ਹੋਣੀ ਚਾਹੀਦੀ ਹੈ, ਮੇਰੇ ਮੁਤਾਬਿਕ ਇਹ ਮਤਲਬ ਹੈ। ਅਤੇ ਆਕਸੀਜਨ ਜ਼ਿਆਦਾ ਹੋਣੀ ਚਾਹੀਦੀ ਹੈ, ਪੋਲਿਊਸ਼ਨ ਘੱਟ ਹੋਣਾ ਚਾਹੀਦਾ, ਇਹਦੇ ਲਈ ਆਪਾਂ ਕੀ ਕਰ ਸਕਦੇ ਹਾਂ? ਦੇਖੋ, ਆਕਸੀਜਨ ਵਧਾਉਣ ਵਾਸਤੇ ਤਾਂ ਆਪਾਂ ਜ਼ਿਆਦਾ ਪੇੜ ਬੂਟੇ ਲਗਾ ਸਕਦੇ ਹਾਂ, ਪੌਦੇ ਲਗਾ ਸਕਦੇ ਹਾਂ, ਪਰ ਨਾਲ ਨਾਲ ਐਨੇ ਵੀ ਪੋਲਿਊਸ਼ਨ ਵਧਾਈ ਆ ਉਹ ਪੌਦੇ ਵਧਾਉਣ ਦੇ ਨਾਲ। ਪੋਲਿਊਸ਼ਨ ਵੀ ਨਾਲ ਤੁਹਾਨੂੰ ਪੈਰਲੇ ਘਟਾਉਣਾ ਪਊਗਾ। ਉਹਦੇ ਵਾਸਤੇ ਜਿਵੇਂ ਸਾਈਕਲਿੰਗ 'ਚ ਲੋਕ ਜ਼ਿਆਦਾ ਅੱਗੇ ਆਉਣ, ਗੱਡੀਆਂ 'ਤੇ ਘੱਟ ਜਾਣਾ। ਅੱਜ ਕੱਲ੍ਹ ਦੇਖੋ 5-7 ਸੀਟਰ ਗੱਡੀ 'ਚ ਇਕੱਲਾ ਬੰਦਾ ਬੈਠਾ ਜਾ ਰਿਹਾ ਹੁੰਦਾ। ਮੇਨ ਆਪਣਾ ਕਹਿਣ ਦਾ ਮਤਲਬ ਹੈ ਗੱਡੀਆਂ ਦਾ ਜਿੰਨਾ ਘੱਟ ਯੂਜ਼ ਕਰਿਆ ਜਾਵੇ ਉਨਾ ਵਧੀਆ, ਘੱਟ ਤੋਂ ਘੱਟ ਯੂਜ਼ ਕਰਿਆ। ਵਟ ਐਵਰ ਵੀ ਕੈਨ ਰਿਟਰਨ ਟੂ ਅਵਰ ਕਲਾਈਮੇਟ ਐਂਡ ਸੋਸਾਇਟੀ, ਦਿਸ ਇਜ਼ ਆਲਸੋ ਵਨ ਵੇ ਆਫ ਰਿਟਰਨਿੰਗ।